ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਜੀ ਫਿਰ ਕੁਝ ਉਦਾਸ ਰਹਿਣ ਲੱਗੇ। ਉਹਨਾਂ ਦੀ ਕਿਸੇ ਵੀ ਕੰਮ ਕਾਜ ਵਿੱਚ ਦਿਲਚਸਪੀ ਨਹੀਂ ਸੀ। ਉਹ ਹਰ ਵੇਲੇ ਪ੍ਰਭੂ ਨਾਲ ਸੁਰਤ ਜੋੜੀ ਕੁਝ ਡੂੰਘੀਆਂ ਵਿਚਾਰਾਂ ਵਿੱਚ ਗਲਤਾਣ ਰਹਿੰਦੇ। ਉਹਨਾਂ ਦੇ ਮਾਤਾ ਪਿਤਾ ਨੇ ਇਹ ਸਮਝਿਆ ਕਿ ਸ਼ਾਇਦ ਉਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ। ਇਸ ਕਰਕੇ ਇੱਕ ਦਿਨ ਉਹਨਾਂ ਨੇ ਪਿੰਡ ਦੇ ਵੈਦ ਨੂੰ ਬੁਲਾ ਲਿਆ। ਵੈਦ ਛੇਤੀ ਹੀ ਘਰ ਆ ਗਿਆ ਅਤੇ ਗੁਰੂ ਜੀ ਨੂੰ ਮੰਜੇ ਉੱਤੇ ਚੁੱਪ ਚਾਪ ਬੈਠਾ ਵੇਖ ਉਹ ਵੀ ਮੰਜੇ ਤੇ ਬੈਠ ਗਿਆ। ਕੁਝ ਦੇਰ ਬਾਅਦ ਉਸਨੇ ਗੁਰੂ ਜੀ ਨੂੰ ਹੱਥ ਵਿਖਾਉਣ ਨੂੰ ਕਿਹਾ। ਗੁਰੂ ਜੀ ਨੇ ਜਦ ਹੱਥ ਅੱਗੇ ਵਧਾਇਆ ਤਾਂ ਉਹ ਨਾੜੀ ਫੜ ਕੇ ਵੇਖਣ ਲੱਗਾ। ਗੁਰੂ ਜੀ ਨੇ ਫਿਰ ਵੈਦ ਵੱਲ ਗੌਰ ਨਾਲ ਵੇਖਿਆ ਅਤੇ ਮੁਸਕਰਾ ਕੇ ਕਹਿਣ ਲੱਗੇ, ਵੈਦ ਜੀ ਤੁਸੀਂ ਕੀ ਵੇਖ ਰਹੇ ਹੋ? ਮੇਰੇ ਸਰੀਰ ਨੂੰ ਕੋਈ ਰੋਗ ਨਹੀਂ ਹੈ। ਜਿਹੜਾ ਅਸਲੀ ਰੋਗ ਹੈ ਉਹ ਤੁਹਾਡੀ ਸਮਝ ਤੋਂ ਬਾਹਰ ਹੈ। ਵੈਦ ਨੇ ਗੁਰੂ ਜੀ ਦੀ ਇਸ ਗੱਲ ਦਾ ਕੁਝ ਗੁੱਸਾ ਕੀਤਾ ਅਤੇ ਕਹਿਣ ਲੱਗਾ, ਐਸਾ ਕਿਹੜਾ ਰੋਗ ਹੈ ਜਿਸ ਬਾਰੇ ਮੈਨੂੰ ਜਾਣਕਾਰੀ ਨਹੀਂ? ਮੈਂ ਵੱਡੇ ਵੱਡੇ ਰੋਗੀਆਂ ਦਾ ਇਲਾਜ ਕੀਤਾ ਹੈ ਅਤੇ ਉਹਨਾਂ ਨੂੰ ਰਾਜ਼ੀ ਕੀਤਾ ਹੈ। ਗੁਰੂ ਜੀ ਕਹਿਣ ਲੱਗੇ, ਸਾਡੇ ਸਮਾਜ ਦੇ ਵਿੱਚ ਜੋ ਪਾਪ ਅਤੇ ਕੁਕਰਮ ਹੋ ਰਿਹਾ ਹੈ, ਕੀ ਤੁਸੀਂ ਉਸ ਦਾ ਕਦੇ ਕੋਈ ਇਲਾਜ ਸੋਚਿਆ ਹੈ? ਵੈਦ ਨੇ ਕਿਹਾ ਕਿ ਉਸ ਨੂੰ ਇਹਨਾਂ ਬਾਰੇ ਸੋਚਣ ਦੀ ਕੀ ਲੋੜ ਹੈ, ਇਹ ਸਭ ਕੁਝ ਪਰਮਾਤਮਾ ਦੀ ਹੀ ਦੇਣ ਹੈ। ਤਦ ਗੁਰੂ ਜੀ ਬੋਲੇ, ਪਰਮਾਤਮਾ ਨੇ ਤਾਂ ਮਨੁੱਖ ਪੈਦਾ ਕੀਤਾ ਹੈ ਤਾਂ ਕਿ ਉਹ ਸੰਸਾਰ ਵਿਚਲੇ ਦੁੱਖਾਂ ਨੂੰ ਨਿਵਰਤ ਕਰੇ, ਪਰ ਇਨਸਾਨ ਇੱਥੇ ਆ ਕੇ ਤਾਂ ਉਹ ਕੁਝ ਕਰ ਰਿਹਾ ਹੈ ਜੋ ਪਸ਼ੂ ਵੀ ਨਹੀਂ ਕਰਦਾ। ਉਹ ਜਾਨਵਰਾਂ 'ਤੇ ਜ਼ੁਲਮ ਢਾਉਂਦਾ ਹੈ, ਉਹਨਾਂ ਨੂੰ ਮਾਰਦਾ ਹੈ ਅਤੇ ਖਾਂਦਾ ਹੈ, ਜਦ ਕਿ ਮਨੁੱਖ ਆਪ ਇੱਕ ਮਾਸਖੋਰਾ ਜਾਨਵਰ ਨਹੀਂ ਹੈ। ਜਿਸ ਮਨੁੱਖ ਪਾਸ ਕੁਝ ਤਾਕਤ ਆ ਜਾਂਦੀ ਹੈ ਉਹ ਗਰੀਬਾਂ ਅਤੇ ਨਿਮਾਣਿਆਂ ਦੇ ਜ਼ੁਲਮ ਦਾ ਕਹਿਰ ਢਾਉਂਦਾ ਹੈ, ਗਰੀਬਾਂ ਦੀ ਇੱਜ਼ਤ ਲੁੱਟਦਾ ਹੈ ਅਤੇ ਉਹਨਾਂ ਨੂੰ ਗੁਲਾਮ ਬਣਾ ਕੇ ਪਸ਼ੂਆਂ ਵਾਂਗ ਕੰਮ ਲੈਂਦਾ ਹੈ। ਕਿੰਨੇ ਧਾੜਵੀ ਸਾਡੇ ਦੇਸ਼ ਵਿੱਚ ਆਏ, ਜ਼ੁਲਮ ਦਾ ਕਹਿਰ ਵਰਸਾਉਂਦੇ ਹੋਏ ਉਹ ਇਸ ਦੇਸ਼ ਦੇ ਲੱਖਾਂ ਲੋਕਾਂ ਨੂੰ ਗੁਲਾਮ ਬਣਾ ਕੇ ਲੈ ਗਏ ਹਨ। ਅੱਜ ਤੁਸੀਂ ਵੇਖਦੇ ਹੋ ਤੁਹਾਡੇ ਸਾਹਮਣੇ ਜ਼ਬਰਦਸਤੀ ਧਰਮ ਬਦਲਿਆ ਜਾਂਦਾ ਹੈ। ਅੱਜ ਸਾਰਾ ਦੇਸ਼ ਇਸ ਰੋਗ ਦੇ ਨਾਲ ਪੀੜਿਤ ਹੈ। ਰੱਬ ਦੇ ਨਾਂ ਦੇ ਉੱਤੇ ਹਿੰਦੂਆਂ ਦੀਆਂ ਧੱਕੇ ਨਾਲ ਸੁਨਤਾਂ ਕੀਤੀਆਂ ਜਾਂਦੀਆਂ ਹਨ, ਪਰ ਕੋਈ ਵੀ ਚੂੰ ਨਹੀਂ ਕਰ ਰਿਹਾ, ਕੋਈ ਇਹਨਾਂ ਜ਼ੁਲਮਾਂ ਵਿਰੁੱਧ ਆਵਾਜ਼ ਨਹੀਂ ਉਠਾ ਰਿਹਾ। ਮੈਂ ਤਾਂ ਇਸ ਰੋਗੀ ਇਨਸਾਨੀਅਤ ਨੂੰ ਵੇਖ ਕੇ ਦੁਖੀ ਹਾਂ। ਜੇ ਤੁਹਾਡੇ ਪਾਸ ਇਸ ਦੁੱਖ ਦਾ ਕੋਈ ਇਲਾਜ ਹੈ ਤਾਂ ਜ਼ਰੂਰ ਕਰੋ। ਜਦ ਵੈਦ ਨੇ ਗੁਰੂ ਜੀ ਦੀ ਇਹ ਗੱਲ ਸੁਣੀ ਤਾਂ ਉਹ ਉੱਠ ਖਲੋਤਾ ਅਤੇ ਕਹਿਣ ਲੱਗਾ, ਨਾਨਕ ਨੂੰ ਕੋਈ ਰੋਗ ਨਹੀਂ, ਉਹ ਬਿਲਕੁਲ ਠੀਕ ਹੈ। ਜਿਹੜਾ ਇਸ ਨੂੰ ਅਸਲ ਦੁੱਖ ਹੈ ਉਸ ਦਾ ਮੇਰੇ ਪਾਸ ਇਲਾਜ ਨਹੀਂ। ਗੁਰੂ ਜੀ ਕਹਿਣ ਲੱਗੇ, ਪਰ ਮੈਂ ਇਸ ਦੁੱਖ ਦਾ ਇਲਾਜ ਜਾਣਦਾ ਹਾਂ। ਜੇ ਤੁਹਾਡੀ ਆਤਮਾ ਦੁਖੀ ਅਤੇ ਨਿਰਬਲ ਹੈ ਤਾਂ ਇਸ ਨੂੰ ਪਵਿੱਤਰ ਅਤੇ ਬਲਵਾਨ ਬਣਾਉਣ ਵਾਸਤੇ ਪਰਮਾਤਮਾ ਦੇ ਨਾਮ ਦੇ ਸਿਮਰਨ ਦੀ ਲੋੜ ਹੈ। ਨਾਮ ਸਭ ਦੁੱਖਾਂ ਦਾ ਦਾਰੂ ਹੈ। ਜਿਸ ਪਾਸ ਨਾਮ ਦੀ ਦਾਤ ਹੈ ਉਹ ਸਦਾ ਸੁਖੀ ਅਤੇ ਆਨੰਦਮਈ ਰਹਿੰਦਾ ਹੈ। ਭੈ ਉਸ ਦੇ ਨੇੜੇ ਨਹੀਂ ਢੁੱਕਦਾ,
वैद गुरु जी नूं दवाई देन आया सी, पर दवाई देन दी थां आप दवाई लैके चला गया। वाहिगुरु जी का खालसा, वाहिगुरु जी की फतेह।